ਸਾਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਅਸੀਂ ਹੱਕ 'ਚ ਗੋਲੀ ਖਾਵਾਂਗੇ, ਸਭ ਤੋਂ ਪਹਿਲਾਂ ਅਸੀਂ ਗੋਲੀ ਖਾਵਾਂਗੇ, ਅਸੀਂ ਸਿਰ ਦੇਵਾਂਗੇ। ਨਹੀਂ, ਉਹਨਾਂ ਨੂੰ ਗੋਲੀਆਂ ਮਾਰਦੀਆਂ ਆਉਂਦੀਆਂ, ਉਹਨਾਂ ਨੂੰ ਸਿਰ ਲੈਣੇ ਵੀ ਆਉਂਦੇ ਹੈ, ਅਤੇ ਉਹਨਾਂ ਨੇ ਬਹੁਤ ਸਿਰ ਲਏ ਹੈ, ਬੜੀਆਂ ਗੋਲੀਆਂ ਮਾਰੀਆਂ। ਬਹਾਦਰੀ ਦੀ, ਬਲੀਦਾਨ ਦੀ, ਜੁਰਤ ਦੀ, ਸਾਹਸ ਦੀ ਬਹੁਤ ਲੋੜ ਹੈ, ਔਰ ਹਰ ਬੰਦਾ ਇਹ ਕੰਮ ਕਰ ਵੀ ਨਹੀਂ ਸਕਦਾ। ਜੇ ਆਪਾਂ ਪਿੱਛੇ ਵੇਖੀਏ, ਕਿਵੇਂ ਬੰਦ ਬੰਦ ਕੱਟੇ ਗਏ, ਕਿਵੇਂ ਖੋਪੜੀਆਂ ਲਾਈਆਂ ਗਈਆਂ, ਕਿਵੇਂ ਚਰਖੜੀਆਂ ਦੇ ਸਿੰਘਾਂ ਨੂੰ ਚਾੜਿਆ ਗਿਆ, ਕਿਵੇਂ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ 'ਚ ਪਾਏ ਗਏ, ਕਿਵੇਂ ਬਰਛਾਂ ਨਾਲ ਬੱਚੇ ਵਿੰਨੇ ਗਏ, ਕਿਵੇਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। 47 ਦੇ ਵਿੱਚ ਪੰਜਾਬ ਵੰਡਿਆ ਗਿਆ, ਫਿਰ ਪੰਜਾਬ ਦੇ ਟੋਟੇ ਕੀਤੇ ਗਏ। ਜ਼ਿੰਮੇਦਾਰ ਕੌਣ ਸੀ? ਸਾਡੇ ਸਿਆਸਤਦਾਨ, ਜਿਨ੍ਹਾਂ ਨੂੰ ਅਸੀਂ ਅੱਗੇ ਲਾਇਆ, ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ, ਜਿਨ੍ਹਾਂ ਨੂੰ ਅਸੀਂ ਕੁਰਸੀਆਂ ਦਿੱਤੀਆਂ, ਜਿਨ੍ਹਾਂ ਤੁਸੀਂ ਪੰਜਾਬ ਲੁਟਵਾਇਆ ਆਪ। ਜੋ ਆਜ਼ਾਦੀ ਦੀ ਲੜਾਈ ਲੜੇਗੀ ਉਹਦੇ ਵਿੱਚ ਤਕਰੀਬਨ 85%, 65 ਤੋਂ 85% ਕੁਰਬਾਨੀਆਂ ਸਿੱਖਾਂ ਦੀਆਂ। ਪੜੋਸੀ ਮੁਲਕਾਂ ਨਾਲ ਜਿੰਨੀਆਂ ਜੰਗਾਂ ਹੋਈਆਂ ਉਹਦੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ, ਪੰਜਾਬੀਆਂ ਦੀਆਂ। ਪਰ ਪੰਜਾਬ ਦੇ ਨਾਲ ਹਮੇਸ਼ਾ ਧੱਕਾ ਹੋਇਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਹਿਸਟੋਰੀਕਲ ਫੈਕਟਸ ਹੈ, ਮੈਂ ਕੋਈ ਨਵੀਂ ਗੱਲ ਨਹੀਂ ਕਰਿਆ। ਸਾਡੇ ਲੀਡਰਾਂ ਦੀ ਨਾ ਸਮਝੀ ਕਰਕੇ, ਜਾਂ ਉਹਨਾਂ ਦੇ ਕੋਲ ਲੈਕ ਆਫ ਵਿਜ਼ਨ ਸੀ, ਜਾਂ ਉਹ ਸੈਂਟਰ ਦੇ ਪ੍ਰਭਾਵ ਵਿੱਚ ਸੀ, ਦਬਾਅ ਵਿੱਚ ਸੀ, ਜੋ ਵੀ ਕਾਰਨ ਰਿਹਾ ਹੋਵੇ, ਇਨਫੀਰੀਅਰਿਟੀ ਕੰਪਲੈਕਸ ਸੀ, ਜੋ ਵੀ ਕਾਰਨ ਰਿਹਾ ਹੋਵੇ, ਜਾਂ ਐਜੂਕੇਸ਼ਨ ਦੀ ਘਾਟ ਸੀ, ਰੱਬ ਜਾਣੇ। ਜਿਹੜੇ ਬਾਹਲੇ ਬਜ਼ੁਰਗ ਹੈ ਉਹ ਦੱਸ ਸਕਦੇ ਆ ਬਿਹਤਰ। ਪਰ ਪੰਜਾਬ ਦਾ ਨੁਕਸਾਨ ਹੋਇਆ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਤਮਾਮ ਲੋਕ ਸੰਤਾਂ ਨੂੰ ਦੋਸ਼ੀ ਦੱਸਦੇ ਹੈ, ਕੌਮ ਦੇ ਵਿੱਚ ਵੀ ਬਹੁਤ ਪੰਬਲ ਭੂਸਾ ਪਿਆ, ਵੱਖਰੇ ਵੱਖਰੇ ਗੁੱਟਾਂ ਦੇ ਵਿੱਚ ਲੋਕ ਵੰਡੇ ਗਏ, ਅੱਜ ਤੱਕ ਉਹ ਵਿਰੋਧ ਚੱਲਦਾ ਹੈ। ਸੋ ਇਹ ਜਿਹੜੀ ਮੂਵਮੈਂਟ ਚੱਲੀ ਪੰਜਾਬ ਦੇ ਵਿੱਚ, ਉਹਦੇ ਵਿੱਚ ਮਰਨ ਵਾਲੇ ਵੀ ਸਾਡੇ ਸੀ ਅਤੇ ਮਾਰਨ ਵਾਲੇ ਵੀ ਸਾਡੇ ਸੀ। ਅਸੀਂ ਪੰਜਾਬ ਨੂੰ 100 ਸਾਲ ਪਿੱਛੇ ਲੈ ਗਏ, ਕਰਜ਼ਾਈ ਕਰਵਾ ਲਿਆ। ਜੇ ਹਿਊਮਨ ਰਾਈਟਸ ਬਾਰੇ ਖਾਲੜਾ ਸਾਹਿਬ ਵਰਗੇ ਸੱਜਣ ਜਾਂ ਹੋਰ ਸੱਜਣਾਂ ਨੇ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਕੀ ਹੋਇਆ, ਇਹ ਵੀ ਆਪਾਂ ਸਾਰੇ ਜਾਣਦੇ ਹਾਂ। ਸੰਤਾਂ ਤੋਂ ਵੱਡਾ ਲੀਡਰ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਹੋਇਆ ਜਾਂ ਹੋ ਸਕਦਾ ਹੈ। ਜਿੰਨੀ ਉਹਨਾਂ ਦੀ ਕਮਾਈ ਸੀ, ਅਧਿਆਤਮਿਕ ਕਮਾਈ, ਜਿੰਨੀ ਉਹਨਾਂ ਦੇ ਵਿੱਚ ਜ਼ੁਰਤ ਸੀ, ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਫਾਲੋਇੰਗ ਸੀ, ਔਰ ਜਿਸ ਤਰ੍ਹਾਂ ਉਹਨਾਂ ਨੇ ਜਸਟਿਸ ਕੀਤਾ, ਇਨਸਾਫ ਕੀਤਾ, ਇਹ ਪ੍ਰਤਿਕਸ਼ਦਰਸ਼ੀ ਲੋਕ ਦੱਸਦੇ ਹੈ। ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਗਏ, 30-35 ਸਾਲ ਤੱਕ ਉੱਥੋਂ ਕਦੇ ਬਰਾਤ ਨਹੀਂ ਨਿਕਲੀ, ਕੋਈ ਮੁੰਡਾ ਨਹੀਂ ਛੱਡਿਆ। ਇਸ ਦੇ ਬਾਰੇ ਵੀਡੀਓਜ਼ ਮਿਲਦੇ ਹੈ। ਅਤੇ ਉਹ ਬਜ਼ੁਰਗ, ਉਹ ਧਰਮੀ ਫੌਜੀ ਜਿਹੜੇ ਫੌਜ ਛੱਡ ਕੇ ਭੱਜੇ ਸੀ, ਦਰਬਾਰ ਸਾਹਿਬ 'ਤੇ ਹਮਲਾ ਬਰਦਾਸ਼ਤ ਨਹੀਂ ਕਰ ਸਕੇ ਸੀ, ਉਹ ਅਜੇ ਤੱਕ ਧੱਕੇ ਖਾਂਦੇ ਫਿਰਦੇ ਹੈ। ਉਹ ਬਜ਼ੁਰਗ ਜਿਨ੍ਹਾਂ ਦਾ ਸਾਰਾ ਸਾਰਾ ਪਰਿਵਾਰ ਕੁਰਬਾਨ ਹੋ ਗਿਆ, ਉਹ ਧੱਕੇ ਖਾਂਦੇ ਫਿਰਦੇ ਹੈ, ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦੇ ਹੈ। ਇਹ ਅਸੀਂ ਉਹਨਾਂ ਨੂੰ ਲੁੱਕ ਆਫਟਰ ਕੀਤਾ, ਸਾਡੀ ਕੌਮ ਨੇ। ਅਸੀਂ ਕੋਈ ਵੀ ਕੰਮ ਕਰਦੇ ਹਾਂ, ਸਾਨੂੰ ਉਹਦੇ ਪਲੱਸ ਮਾਈਨਸ ਸਭ ਦੇਖਣੇ ਚਾਹੀਦੇ, ਕੈਲਕੂਲੇਸ਼ਨ ਕਰਨੀ ਚਾਹੀਦੀ ਹੈ। ਅਸੀਂ ਇੱਕ ਨਿਜ਼ਾਮ ਦੇ ਨਾਲ ਟੱਕਰ ਲੈ ਰਹੇ ਹਾਂ, ਅਤੇ ਸਾਡੇ ਕੋਲ ਹੈ ਕੀ? ਅਸੀਂ ਉਦੋਂ ਵੀ ਇੰਨਾ ਵੱਡਾ ਪ੍ਰੈਸ਼ਰ ਸੀ, ਇੰਨੀ ਵੱਡੀ ਜੰਗ ਸੀ, ਇਹੋ ਜਿਹੀ ਲੀਡਰਸ਼ਿਪ ਸੀ, ਇੱਕ ਹੋ ਕੇ ਨਹੀਂ ਲੜ ਸਕੇ। ਇਸ ਕਰਕੇ ਮੈਂ ਇਹ ਚਰਚਾ ਸ਼ੁਰੂ ਕੀਤੀ ਕਿ ਜ਼ਰੂਰਤ ਸਿਰਾਂ ਦੀ ਨਹੀਂ ਹੈ, ਸਿਰਾਂ ਨੂੰ ਇਸਤੇਮਾਲ ਕਰਨ ਦੀ ਹੈ, ਦਿਮਾਗ ਨੂੰ ਇਸਤੇਮਾਲ ਕਰਨ ਦੀ ਹੈ। ਸਾਡੇ ਕੋਲ ਵਿਜ਼ਨ ਹੋਣਾ ਚਾਹੀਦਾ ਹੈ, ਸਾਡੇ ਕੋਲ ਪਲੈਨ ਹੋਣਾ ਚਾਹੀਦਾ ਹੈ, ਸਾਡੇ ਕੋਲ ਆਈਡੀਆਲੋਜੀ ਹੋਣੀ ਚਾਹੀਦੀ ਹੈ, ਸਾਡੇ ਕੋਲ ਕੋਈ ਆਧਾਰ ਹੋਣਾ ਚਾਹੀਦਾ ਹੈ, ਗਰਾਊਂਡ ਲੈਵਲ 'ਤੇ ਸਾਡੀ ਕੋਈ ਤਿਆਰੀ ਹੋਣੀ ਚਾਹੀਦੀ ਹੈ, ਡੈਮੋਕ੍ਰੈਟਿਕਲੀ। ਮੈਂ ਉਹਨਾਂ ਮਾਵਾਂ ਨਾਲ ਜਿਨ੍ਹਾਂ ਦੇ ਪੁੱਤ ਖਤਮ ਕਰ ਦਿੱਤੇ ਗਏ, ਬੇਗੁਨਾਹ ਪੁੱਤ ਘਰਾਂ ਤੋਂ ਚੱਕ ਚੱਕ ਕੇ ਮਾਰ ਦਿੱਤੇ ਗਏ, ਤਮਗੇ ਵਾਸਤੇ, ਥੀਤੀਆਂ ਵਾਸਤੇ, ਸਟਾਰਾਂ ਵਾਸਤੇ, ਤਰੱਕੀਆਂ ਵਾਸਤੇ, ਮੈਂ ਉਹਨਾਂ ਨਾਲ ਤਾਲੁਕ ਰੱਖਦਾ ਹਾਂ। ਮੈਂ ਉਹਨਾਂ ਲੋਕਾਂ ਨਾਲ ਤਾਲੁਕ ਰੱਖਦਾ ਹਾਂ ਜਿਨ੍ਹਾਂ ਨੇ ਹਿਊਮਨ ਰਾਈਟ ਦੇ ਤੌਰ 'ਤੇ ਖਾਲੜਾ ਸਾਹਿਬ ਵਰਗੇ ਲੋਕ, ਉਹਨਾਂ ਦਾ ਕੀ ਹਸ਼ਰ ਹੋਇਆ, ਮੈਂ ਉਹਨਾਂ ਨਾਲ ਤਾਲੁਕ ਰੱਖਦਾ ਹਾਂ। ਪਰ ਜਦੋਂ ਤੁਸੀਂ ਖੁਦ ਮੁਖਤਾਰੀ ਦੀ ਗੱਲ ਕਰੋਗੇ, ਜਦੋਂ ਤੁਸੀਂ ਖਾਲਿਸਤਾਨ ਦੀ ਗੱਲ ਕਰੋਗੇ, ਜਦੋਂ ਤੁਸੀਂ ਖਾਲਿਸਤਾਨ ਦੇ ਨਾਰੇ ਲਾਓਗੇ, ਤੁਸੀਂ ਸਰਕਾਰ ਨੂੰ ਇੱਕ ਲਾਇਸੈਂਸ ਦੇ ਰਹੇ ਹੋ, ਓਪਨ ਲਾਇਸੈਂਸ, ਆਤੰਕਵਾਦ ਦੇ ਨਾਂ 'ਤੇ, ਖਾਲਿਸਤਾਨ ਦੇ ਨਾਂ 'ਤੇ। ਇੱਥੇ ਕਿੰਨੀ ਤਬਾਹੀ ਹੋਈ ਹੈ ਇਹ ਆਪਾਂ ਸਾਰੇ ਜਾਣਦੇ ਹਾਂ।
मंगल ढिलोन चैनल, एक ऐसा चैनल जो आपका जीवन बदल सकता है जैसे अब तक बहुतों का जीवन बदल चुका है। मंगल ढिलोन चैनल। नमस्कार, आदाब, सत श्री अकाल। धन गुरु नानक, धन निरंकार, धन गुरु रामदास जी महाराज, धन गुरु गोविंद सिंह जी महाराज, धन गुरु ग्रंथ साहिब जी महाराज, धन बाबा श्री चंद जी महाराज, धन गुरु पिता ओमकारा जी महाराज, धन सभी धर्मों के संत, भक्त, महापुरुष, देवी देवता, अवतार, पीर पैगंबर और प्रॉफिट साहिबान, गुरु प्रेमियों, आज मैं पंजाबी विच ही गल करांगा क्योंकि मसला पंजाब दा है। पंजाब दे विच जो कंट्रोवर्सी चल रही है, जो परिस्थितियां बन रही है, उन्हां बारे मेरा ख्याल है कि हर पंजाबी, हर सिख दी जिम्मेदारी बनती है कि वो अपने विचार रखे। ये विशा अमृतपाल सिंह होरां नूं लैके है, वारिस पंजाब दे, वारिस पंजाब दे इस ऑर्गेनाइजेशन नूं उन्होंने रिवाइव किया कि सोशल मीडिया ते तकरीबन तुसी देख सकते हो, सारी जानकारी उपलब्ध है। दुबई तो आए, पहला उस सब सूरत नहीं सन, फिर उन्होंने कृपा हुई गुरु दी ते उन्होंने अमृत छकिया और एक लहर शुरू हो गई पंजाब दे विच। और मैं उन्होंने एक स्टेटमेंट सुनी जिथे उन्होंने कहा कि सिरां दी लोड़ है, सिर चाहिए है। मैनू हैरानी हुई, मैं इस विचारधारा की मुखालफत नहीं करता, पर कितना कितने सवालिया निशान इतने जरूर लग जाता है। जदों किसान मोर्चा लग्या उत्थे भी जिहड़े लोगों ने गल की सिरां दी, मैं उन्हां नाल भी मुखातिब होया ते उन्होंने यह कहा कि ठीक नहीं है, सानू एक कहण दी लोड़ नहीं कि असी हक च गोली खावांगे, सब तो पहला असी गोली खावांगे, असी सिर देवांगे। नहीं, उन्होंने गोलियां मारनियां आउंदियां, उन्होंने सिर लेने भी आउंदे है, तो उन्होंने बहुत सिर लए है, बड़िया गोलियां मारियां। सानू उन्होंने दावत देने की लोड़ नहीं स्टेजां ते खड़े होके, मैं ना नहीं लांगा उन्होंने सज्जनां दा, बहुत लोगों ने उन्होंने सुनिया होना है। ठीक है, बहादुरी दी, बलिदान दी, जुरत दी, साहस दी बहुत लोड़ है और हर बंदा एक काम कर भी नहीं सकता, पर जे असीं पंजाब दा पूरा इतिहास वेखिए 47 तो लैके अज तक, या उस तो भी पहला गुरु साहिबान दे समय तो देखिए, मरजीवड़िया नूं अपने नूं देखिए, तो पंजाब ने बहुत संताप हंडाया है, पंजाब ने बहुत कुर्बानियां दित्तियां हैं। भला आपां शुरू करिए गुरु अर्जन देव जी महाराज तो, उदू बाद जे तुसी पूरा सिलसिला वेखो, गुरु हरगोबिंद जी महाराज नूं जंगां लड़दियां पईआं, गुरु तेग बहादुर साहब नूं शहादत देनी पई, गुरु गोबिंद सिंह जी महाराज ने अपना सरबंस कुर्बान कर दिता, मीर मनू दे दौरान की कुछ होया, बाबा बंदा सिंह बहादुर जी नाल की कुछ होया, जे आपां पिछे वेखिए किवें बंद बंद कट्टे गए, किवें खोपड़ियां लाइया गई, किवें चरखड़ियां ते सिंघां नूं चढ़िया गया, किवें बच्चों के टूटे करके उन्होंने गलां च पाए गए, किवें बरछियां नाल बच्चे विन्ने गए, किवें सिखां दे सिरां दे मुल पए। ये तकरीबन मेरा ख्याल है जो थोड़ा बहुत जागरूक सिख है वो जानता है, अरदास दे विच असीं अक्सर जिक्र करते हाँ। उस तो बाद फिर 47 ते आप आ जाइए, 47 दे विच पंजाब वंडिया गया, फिर पंजाब दे टोटे किए गए, जिम्मेदार कौन से, साढ़े सियासतदान जिन्हां नूं असीं अगे लाया, जिन्हां नूं असीं वोटां पाईआं, जिन्हां नूं असीं कुर्सियां दित्तियां, जिन्हां तों असीं पंजाब लुटवाया आप। पंजाब सियासत करके कि पंजाब दे विच साढ़े कुछ अजिहे लीडर उन्हां दी सत्ता बनी रहे, पंजाब दे टोटे करने शुरू किए और छोटा जिहा पंजाब रह गया। हुण भी सियासत चल रही है कि कुछ हिस्सा होर इहदे नालों कट दिता जाए। मेरा ख्याल है जिहड़े जागरूक लोग समझते हैं
47 ਦੇ ਵਿੱਚ ਪੰਜਾਬ ਵੰਡਿਆ ਗਿਆ। ਜ਼ਿਆਦਾਤਰ ਸਾਡੇ ਲੋਕ ਮਰੇ, ਪੰਜਾਬੀ ਸਿੱਖ ਮਰੇ, ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਉਜੜ ਕੇ ਆਏ, ਪੂਰੇ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਜਾ ਕੇ ਵਸੇ। ਇਹ ਤਕਰੀਬਨ ਲੋਕ ਜਾਣਦੇ ਹੈ, ਜਿਹੜੀ ਨਵੀਂ ਜਨਰੇਸ਼ਨ ਹੈ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ, ਪਰ ਬਜ਼ੁਰਗਾਂ ਨੂੰ, ਜਿਹੜੇ ਜ਼ਿਆਦਾ ਉਮਰ ਦੇ ਲੋਕ ਆ ਉਹਨਾਂ ਨੂੰ ਪਤਾ ਹੈ। ਇਹ ਬੇਸਿਕਲੀ ਜਿਹੜਾ ਜਾਗਰੂਕ ਉਹਨੂੰ ਪਤਾ ਹੈ। ਜੋ ਆਜ਼ਾਦੀ ਦੀ ਲੜਾਈ ਲੜੇਗੀ ਉਹਦੇ ਵਿੱਚ ਤਕਰੀਬਨ 85%, 65-85% ਕੁਰਬਾਨੀਆਂ ਸਿੱਖਾਂ ਦੀਆਂ। ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਕਿਰਦਾਰ ਮੈਂ ਕੀਤਾ ਸੀ ਅਤੇ ਉਹਨਾਂ ਦੀ ਜਿਹੜੀ ਖੋਜ ਹੈ ਉਹਦੇ ਮੁਤਾਬਕ, ਉਹਨਾਂ ਦਾ ਜਿਹੜਾ ਸਰਵੇ ਹੈ ਉਹਨਾਂ ਨੇ ਲਿਖਿਆ। ਇੰਡੀਆ ਗੇਟ 'ਤੇ ਸਾਰੇ ਸ਼ਹੀਦਾਂ ਦਾ ਨਾਂ ਸਭ ਤੋਂ ਵੱਧ ਸਿੱਖਾਂ ਦਾ ਹੈ। ਕਾਲੇ ਪਾਣੀ ਸਜ਼ਾਵਾਂ 'ਤੇ ਸਭ ਤੋਂ ਵੱਧ ਪ੍ਰਸੈਂਟੇਜ ਵਾਈਜ਼ ਜੋ ਆਬਾਦੀ ਸੀ 2.5%, ਉਹਦੇ ਮੁਤਾਬਕ ਸਭ ਤੋਂ ਜ਼ਿਆਦਾ ਕੁਰਬਾਨੀ ਹੈ, ਸਭ ਤੋਂ ਜ਼ਿਆਦਾ ਕਾਲੇ ਪਾਣੀ ਦੀਆਂ ਸਜ਼ਾਵਾਂ ਹੈ। ਇਹਦੇ 'ਚ ਵੀ ਲੋਕ ਕਿੰਤੂ ਪਰੰਤੂ ਕਰਨ ਵਾਲੇ ਪੈਦਾ ਹੋ ਗਏ ਹੈ, ਜਦੋਂ ਕਿ ਕਿੰਤੂ ਪਰੰਤੂ ਵਾਲੀ ਗੱਲ ਨਹੀਂ, ਅਨੁਪਾਤ ਦੇ ਵਿੱਚ ਗੱਲ ਹੋ ਰਹੀ ਹੈ ਕਿ ਜਿੰਨੀ ਉਹਨਾਂ ਦੀ ਆਬਾਦੀ ਸੀ ਉਹਦੇ ਹਿਸਾਬ ਨਾਲ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ। ਪੜੋਸੀ ਮੁਲਕਾਂ ਨਾਲ ਜਿੰਨੀਆਂ ਜੰਗਾਂ ਹੋਈਆਂ ਉਹਦੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ, ਪੰਜਾਬੀਆਂ ਦੀਆਂ। ਪਰ ਪੰਜਾਬ ਦੇ ਨਾਲ ਹਮੇਸ਼ਾ ਧੱਕਾ ਹੋਇਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਹਿਸਟੋਰੀਕਲ ਫੈਕਟਸ ਹੈ, ਮੈਂ ਕੋਈ ਨਵੀਂ ਗੱਲ ਨਹੀਂ ਕਰਿਆ। ਇੱਥੇ ਸੋਸ਼ਲ ਮੀਡੀਆ ਤੁਸੀਂ ਵੇਖਦੇ ਰਹੋ, ਤੁਹਾਨੂੰ ਬਹੁਤ ਕੁਛ ਮਿਲ ਜਾਣਾ। ਫਿਰ ਬਹੁਤ ਸਾਰੀਆਂ ਮੂਵਮੈਂਟ ਚੱਲੀਆਂ, ਪੰਜਾਬ ਦਾ ਨੁਕਸਾਨ ਹੁੰਦਾ ਰਿਹਾ ਸਾਡੇ ਲੀਡਰਾਂ ਦੀ ਨਾਸਮਝੀ ਕਰਕੇ, ਜਾਂ ਉਹਨਾਂ ਦੇ ਕੋਲ ਲੈਕ ਆਫ ਵਿਜ਼ਨ ਸੀ, ਜਾਂ ਉਹ ਸੈਂਟਰ ਦੇ ਪ੍ਰਭਾਵ ਵਿੱਚ ਸੀ, ਦਬਾਅ ਵਿੱਚ ਸੀ, ਜੋ ਵੀ ਕਾਰਨ ਰਿਹਾ ਹੋਵੇ। ਇਨਫੀਰੀਅਰਟੀ ਕੰਪਲੈਕਸ ਸੀ, ਜੋ ਵੀ ਕਾਰਨ ਰਿਹਾ ਹੋਵੇ, ਜਾਂ ਐਜੂਕੇਸ਼ਨ ਦੀ ਘਾਟ ਸੀ, ਰੱਬ ਜਾਣੇ। ਜਿਹੜੇ ਬਾਹਲੇ ਬਜ਼ੁਰਗ ਹੈ ਉਹ ਦੱਸ ਸਕਦੇ ਆ ਬਿਹਤਰ, ਪਰ ਪੰਜਾਬ ਦਾ ਨੁਕਸਾਨ ਹੋਇਆ। ਫਿਰ ਖੜਕੂਵਾਦ ਦੀ ਮੂਵਮੈਂਟ ਆਈ, ਉਸ ਦੇ ਵਿੱਚ ਕੀ ਕੁਛ ਹੋਇਆ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਤਮਾਮ ਲੋਕ ਸੰਤਾਂ ਨੂੰ ਦੋਸ਼ੀ ਦੱਸਦੇ ਹੈ, ਕੌਮ ਦੇ ਵਿੱਚ ਵੀ ਬਹੁਤ ਭੰਬਲ ਭੂਸਾ ਪਿਆ, ਵੱਖਰੇ ਵੱਖਰੇ ਗੁੱਟਾਂ ਦੇ ਵਿੱਚ ਲੋਕ ਵੰਡੇ ਗਏ। ਅੱਜ ਤੱਕ ਉਹ ਵਿਰੋਧ ਚੱਲਦਾ ਹੈ। ਮਿਸਿਸ ਗਾਂਧੀ ਦਾ ਅਸੈਸੀਨੇਸ਼ਨ ਹੋਇਆ, ਉਹਨਾਂ ਨੇ ਹਮਲਾ ਕਰਵਾਇਆ ਸੀ ਅਤੇ ਉਹਨਾਂ ਨੂੰ ਸਜ਼ਾ ਦਿੱਤੀ ਗਈ। ਉਸ ਤੋਂ ਬਾਅਦ ਕੀ ਕੁਛ ਹੋਇਆ, ਦਿੱਲੀ ਦੇ ਵਿੱਚ ਕੀ ਕੁਛ ਹੋਇਆ। ਸੋ ਇਹ ਜਿਹੜੀ ਮੂਵਮੈਂਟ ਚੱਲੀ ਪੰਜਾਬ ਦੇ ਵਿੱਚ, ਉਹਦੇ ਵਿੱਚ ਮਰਨ ਵਾਲੇ ਵੀ ਸਾਡੇ ਸੀ ਅਤੇ ਮਾਰਨ ਵਾਲੇ ਵੀ ਸਾਡੇ ਸੀ। ਅਸੀਂ ਪੰਜਾਬ ਨੂੰ 100 ਸਾਲ ਪਿੱਛੇ ਲੈ ਗਏ, ਕਰਜ਼ਾਈ ਕਰਵਾ ਲਿਆ, ਸਾਡੀ ਪੱਤ ਰੋਲੀ ਗਈ, ਸਾਡੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ, ਜਿਹੜੇ ਕਰਪਟ ਪੁਲਿਸ ਅਫੀਸਰ ਸੀ, ਕਿਉਂਕਿ ਉੱਥੋਂ ਖੁੱਲ੍ਹੀ ਛੁੱਟ ਮਿਲ ਗਈ ਆਤੰਕਵਾਦ ਦੇ ਨਾਂ 'ਤੇ ਕਿ ਖਤਮ ਕਰਨਾ ਹੈ। ਔਰ ਬਹਾਦਰ ਯੋਧੇ KPS ਗਿੱਲ ਵਰਗੇ ਭੇਜੇ ਗਏ। ਹੀ ਵਾਜ ਅ ਰੁਥਲੈਸ ਮੈਨ। ਠੀਕ ਹੈ, ਜਦੋਂ ਲੜਾਈ ਹੁੰਦੀ ਹੈ ਤੁਸੀਂ ਸਟੇਟ ਵੱਲੋਂ ਲੜਨਾ ਹੈ, ਯੂ ਗੋ ਟੂ ਐਨੀ ਐਕਸਟੈਂਟ, ਪਰ ਉਹਨਾਂ ਨੇ ਤਾਂ ਹੱਦ ਹੀ ਕਰਤੀ। ਜੇ ਹਿਊਮਨ ਰਾਈਟਸ ਬਾਰੇ ਖਾਲੜਾ ਸਾਹਿਬ ਵਰਗੇ ਸੱਜਣ ਜਾਂ ਹੋਰ ਸੱਜਣਾਂ ਨੇ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਕੀ ਹੋਇਆ, ਇਹ ਵੀ ਆਪਾਂ ਸਾਰੇ ਜਾਣਦੇ ਹਾਂ। ਹੁਣ ਸਵਾਲ ਹੈ ਕਿ ਆਪਾਂ ਬੋਲੀਏ, ਆਪਾਂ ਗੱਲ ਕਰੀਏ ਡੈਮੋਕ੍ਰੈਟਿਕਲੀ। ਹਾਲਾਂਕਿ ਡੈਮੋਕ੍ਰੇਸੀ ਦਾ ਵੀ ਹਾਲ ਬਹੁਤ ਮਾੜਾ ਹੁੰਦਾ ਜਾ ਰਿਹਾ ਹੈ, ਪਰ ਫਿਰ ਵੀ ਚਰਚਾ ਕੀਤੀ ਜਾ ਸਕਦੀ ਹੈ ਕਿਸੇ ਹੱਦ ਤੱਕ। ਸੰਤਾਂ ਤੋਂ ਵੱਡਾ ਲੀਡਰ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਹੋਇਆ ਜਾਂ ਹੋ ਸਕਦਾ ਹੈ। ਜਿੰਨੀ ਉਹਨਾਂ ਦੀ ਕਮਾਈ ਸੀ, ਅਧਿਆਤਮਿਕ ਕਮਾਈ, ਜਿੰਨੀ ਉਹਨਾਂ ਦੇ ਵਿੱਚ ਜ਼ਰੂਰਤ ਸੀ, ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਫਾਲੋਇੰਗ ਸੀ, ਔਰ ਜਿਸ ਤਰ੍ਹਾਂ ਉਹਨਾਂ ਨੇ ਜਸਟਿਸ ਕੀਤਾ, ਇਨਸਾਫ ਕੀਤਾ, ਇਹ ਪ੍ਰਤਿਕਸ਼ ਦਰਸ਼ੀ ਲੋਕ ਦੱਸਦੇ ਹੈ। ਉਹਨਾਂ ਦੇ ਸੰਘਰਸ਼ ਦਾ ਨਤੀਜਾ ਕੀ ਹੋਇਆ ਆਪਾਂ ਸਾਰੇ ਜਾਣਦੇ ਹਾਂ, ਮੈਂ ਉਸ ਵਿਸ਼ੇ 'ਤੇ ਨਹੀਂ ਜਾਣਾ ਚਾਹੂੰਗਾ, ਪਰ ਆਪਾਂ ਤਕਰੀਬਨ ਸਾਰੇ ਜਾਣਦੇ ਹਾਂ ਔਰ ਕਿੰਨੇ ਯੋਧੇ ਸ਼ਹੀਦ ਹੋਏ, ਕਿੰਨੇ ਮਾਸੂਮ ਲੋਕ, ਬੱਚੇ, ਬੀਬੀਆਂ, ਬਜ਼ੁਰਗ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਵਿੱਚ। ਹਿੰਦੁਸਤਾਨੀ ਫੌਜ ਨੇ ਹਮਲਾ ਕੀਤਾ ਆਪਾਂ ਸਾਰੇ ਜਾਣਦੇ ਹਾਂ, ਅਕਾਲ ਤਖਤ ਸਾਹਿਬ ਟਹਿਟੇਰੀ ਕਰਤਾ, ਔਰ
रेफरेंस लाइब्रेरी का की हाल होया, तोशाखाना का की हाल होया, और होर थावां ते हमले होए की हाल होया। और उस तो बाद कई कॉमिंग ऑपरेशन चलिया, पिंडा दे पिंड खाली कर दिते गए। 30-35 साल तक उतों कदे बरात नहीं निकली, कोई मुंडा नहीं छड्या। ये असी हासिल किया, ये असी खटिया। उस मूवमेंट के दौरान जिन्हां लोगों नूं सज़ा हुई, जिहड़े उस मूवमेंट का हिस्सा सी, वो जेलों के बैठे, वो अपनी सज़ा पूरी कर चुके हैं, तो उन्होंने छड्या नहीं जा रहा, वो बुजुर्ग हो गए। ये असी खटिया उस मूवमेंट तो। पंजाब करजाई हो गया, क्योंकि जो फौज भेजी गई, जो इतने करफ्यू लगे, जो कुछ भी पंजाब दे विच तांडो होया, उदा खामियाजा पंजाब ने भुगतिया, उदा खर्चा पंजाब दे सिर पिया। पंजाब अज भी करजाई है। पंजाब दे विचों बहुत सारे लोग चले गए, बहुत सारे लोग जा रहे हैं, यूथ इत्थे रहना नहीं चाहुंदा। कुछ लोगों ने उदों ही पोलिटिकल असाइलम लिया बाहर, वो बाहर बैठे है, उन्होंने उत्थे गुरद्वारे बना ले, उत्थों आपकी कोशिश जारी रखते हैं। कुछ लोग पाकिस्तान चले गए, कुछ लोग जेलों के बंद करते गए, कुछ नूं छड़ दिता गया, कुछ अजे भी जेलों में है। तशद्दद जुल्म इन्ना ज़्यादा होया कि बयान नहीं किया जा सकता, सोच नहीं सकते कि कुछ किया गया। इस दे बारे वीडियोज़ मिलते हैं। तो वह बजुर्ग, वो धर्मी फौजी जिहड़े फौज छड़ के भज्जे सी दरबार साहब ते हमला बर्दाश्त नहीं कर सके सी, वो अजे तक धक्के खांदे फिरदे है। वो बजुर्ग जिन्हां दा सारा सारा परिवार कुरबान हो गया, वो धक्के खांदे फिरदे है, रिक्शा चला के अपना गुजारा करदे है। ये असीं उन्हां नूं लुक आफ्टर कीता, साडी कौम ने बाहरों NRIs तो बहुत फंड इकट्ठा किया गया, पर वो अजे भी धक्के खांदे फिरदे। उन्हां दे वीडियोज़ तुहानूं देखण नूं मिल जाणगे, और अजे भी वो उसकी रज़ा नूं मनदे, उहदी रज़ा च उहदे पाणी नूं मिठा करके मनण दी कोशिश कर रहे हैं। वो मातावान जिन्हें सारा परिवार खत्म कर दिता गया, तो अजे भी दरबार साहब सेवा करते हैं, किसी ने उन्हें सार नहीं ली। यह होया उस मूवमेंट तो बाद। अज एक नौजवान आता है, इस तो पहला भी सरबत खालसा होया, तो उसका रिजल्ट की होया, बहुत सारे लोग बाहरों आए। कुछ एक बारे मैं जानता सी, उन्होंने अरेस्ट कर लिया गया। सरकार वास्ते बहुत सौखा है, क्योंकि थोनू चिन्हित करना, थोनू नोट करना, स्क्रूटनाइज करना बहुत सौखा है। दीप सिद्धू हो रही आए, बॉम्बे से, मैं भी बॉम्बे से, वो भी इंडस्ट्री का हिस्सा रहे, एजुकेटेड, लॉ किया होया उन्होंने, पंजाबी फिल्म भी की। उस तो बाद वो दिसे सनी देओल दे नाल, धर्मजीत दे नाल, बीजेपी दे नाल, और बीजेपी दे पिछे, बीजेपी दे पिछे आप सारे जानते हैं RSS है। उस दे नाल वो रहे कुछ समय तक, फिर अचानक जो किसानों की मूवमेंट शुरू हुई, तो वो किसानों के नाल आ गए। फिर उन्हें कहा कि उन्होंने सनी होरां दा साथ छड़ दिता। मेरा उदों भी यह सवाल सी, ते अज भी है, रब उन्हां दी आत्मा नूं शांति देवे। उन्हां दा एक्सीडेंट दुखद सी, जड़ी असमय मौत सी, बहुत ही दुखद सी। मैनूं कुछ पत्रकारां ने पुछिया सी जदों खबर आई, लुधियाने किसी मीटिंग विच सी, एक फंक्शन सी किसानां दा ही, आई वाज स्पीचलैस, डम स्टक, didn't know what to say। बुरा होया, बहुत बुरा होया। दीप और आदि बड़ी फॉलोइंग, बड़ा यूथ उन्होंने पिछे से, पर वो बार बार ये कहते रहे कि सानू खुद मुख्तारी चाहिए है, खालिस्तान चाहिए है। अतेंद्रपाल होरां ने MP रेंदे हुए लड़ाई लड़ी, और खालिस्तान शब्द इस्तेमाल करने का हक दिलवाया, लीगली जस्टिफाई किया उन्हों के। एक एडा वड्डा इशू बनाता गया सी खालिस्तान का नाँ आउंदे ही, जो खाड़कूवाद की लहर तो बाद, कि वो शब्द किसी की जबान ते आउंदे ही लोगों के रिएक्शन बड़े अजीबो गरीब होंदे सी। अज भी बहुत सारे लोग तुहानूं इहो जिहे मिल जाणगे।
जो दीप सिद्धू और ये गल्लां करन लग पे स्टेज ते अंबाले और उस तो बाद अगे गए फिर उदो पंजाब आके उन्होंने कोशिश की। मैनू हैरानी हुंदी सी कि सरकार नूं होर की चाहिदा है, सरकार नूं कुछ अजे लोग चाहिए है जिहड़े कहण ते यूथ उन्हां दे नाल लग जावे ताकि उन्हां नूं पिन पॉइंट करना सौखा हो जावे, आसान करता कम, चटनी होगी ना किहड़े किहड़े इस विचारधारा दे लोग, इस सोच नूं सपोर्ट करन वाले लोग किहड़े किहड़े है। दीप सिद्धू होरां ने यह कम आसान कर दिता सी। विद ड्यू रिस्पैक्ट उन्हां दी आपदी सोच होएगी, उन्हां दे मन दे विच दर्द होएगा पंजाब वास्ते, पर मेरा सवाल उदों वी सी ते अज वी है, मेरे मन दे विच पंजाब वास्ते दर्द है। मैं बहुत सारे पॉलिटिशियंस नूं, बहुत सारे रिलीजियस लीडर्स नूं मिलिया, मैं सिख इतिहास ते कई फिल्मां बनाईयां, खालसा तो शुरुआत की रिसर्च की, मैं किसी पार्टी दे नाल शामिल नहीं होया। क्यों? मेरी अपनी जागरूकता सी। मैं आम आदमी पार्टी नाल थोड़ी देर ली गया, मैंने कुछ चीज़ां ठीक नहीं लगियां, मैं पिछे हट गया। अरविंद होरां दे नाल मैं 20-25 दिन दिल्ली लाए सी, दोनों पहली बारी कुछ सीटां मिलियां सीगियां, उन्होंने सरकार बना ली सी कांग्रेस सपोर्ट नाल, दैट वॉज शॉकिंग टू मी। खैर नाउ मेरा ये आइडिया सीगा कि दीप सिद्धू होरां दे मन दे विच जे इन्ना प्रेम है पंजाब दे प्रति, इन्नी चिंता है, तो फिर वो सनी होरां नाल या बीजेपी नाल किवें चले गए? जे तुसीं इन्ने पढ़े लिखे जागरूक हो, दूरदर्शी आदमी हो, तुसीं किनारा करोगे? सोशल मीडिया ते और वैसे भी किन्ना शोर मचा हुआ सी, साडियां जिहड़ियां इतिहासिक किताबां उन्हां दे विच मिलावट, साडे धर्म दे विच मिलावट, SGPC का की हाल हो गया, किहड़े किहड़े लोग उत्थे अंदर वड़ गए, कित्थों आए, हर लैवल ते और बहुत सारे वीडियोज़ ते घूम रहे सीगे सोशल मीडिया ते, किस तरह के सिख बनाए जा रहे हैं, गुरुद्वारा ते कब्जा किया जा रहा है, ये इल्जाम BJP ते RSS ते लग रहे सीगे, ये वीडियोज़ हुण भी पे होने हैं। फिर भी दीप सिद्धू होरां ने BJP या सनी होरां दे नाल रल के उन्हां दा साथ किवें दिता, उन्हां नूं दूरी बना के रखनी चाहीदी सी मेरी तुच्छ बुद्धि दे मुताबक। चलो हो सकदा आदमी गलती कर गया, पर जिन्नी एजुकेशन उन्हां दी सी, जिस तरह दी उन्हां दी स्पीचेज है, वो कोई एडे भोले बंदे तां नहीं सीगे। खैर उदू बाद मतभेद हो गए किसानां दे विच, फिर वह कॉमरेड वाला मसला आ गया, एक कॉमरेड तो हमेशा ऐं करदे है, एलीगेशन काउंटर एलीगेशन शुरू हो गए, फिर निशान साहब चलाया गया लाल किले थे, उत्थे भी बहुत मतभेद हुए, कुछ लोगों के पक्ष में से, कुछ लोगों के खिलाफ, कुछ लोगों ने कि उन्होंने कमाल कर दिती है। जदों के उस कदम के नाल किसानां दी जिहड़ी मूवमेंट सी, उस मोर्चे नूं बहुत वड्डी ढा लगी, सरकार दे कोले सारा प्रोपेगंडा सिस्टम है, मटीरियल है, मशीनरी है, उन्हां नूं एक पॉइंट देता कि यह तो आतंकवादी है, यह तो तिरंगे नूं नीवां विखाउणा चाहुंदे है, यह तो यह करना चाहुंदे है, यह तो लाल किले ते आके इन्हां निशान साहब चला दिता। निशान साहब बारे आपां सारे जाणदे हां, निशान साहब है तो तिरंगा बनिया, तिरंगे वास्ते निशान साहब नूं लैके सिखां ने किस तरह दीआं कुरबानियां दित्तियां, वो शुरुआत तो लैके गुरु तेग बहादुर साहब तो लैके गुरु गोबिंद सिंह जी महाराज तो लैके, वो कुरबानियां दित्तियां, वो योधे निशान साहब लैके चलते सी। निशान साहब की अपनी गरिमा है, और उत्थे तिरंगे नूं बिल्कुल छेड़िया नहीं गया सी, पर प्रोपेगंडा मशीनरी उन्होंने कोले। दीप होरां नूं इहदे बारे सोचना चाहीदा सीगा। असी कोई भी काम करते हैं, सानू उहदे प्लस माइनस सब देखने चाहिए, कैलकुलेशन करनी चाहिए है। असी एक निजाम के नाल टक्कर लै रहे हैं, तो साढ़े कोले है की, असी किन्ने बंदे हैं? पंजाब दे विच 2.5-3 करोड़ लोग होणगे, जिहड़ी आबादी की गल की जाती हैगी है, ज़्यादातर लोग बाहर है, कुछ लोग नशे के शिकार हो गए, कुछ गरीबी रेखा दे विच है, कुछ लोग क्रिश्चियन बन रहे हैं, बुरे हालात है, कर्जे च नप्पे हुए है, आत्महत्या कर रहे हैं, कुछ एक लोग जज्बाती है। इन्ना नुकसान करवा लैण तो बाद मेरा ख्याल है जो जिम्मेदार लोग वो जानते होंगे कि संतां वेले जिहड़ी मूवमेंट चली
ਆਪਾਂ ਸਾਰੇ ਜਾਣਦੇ ਹਾਂ ਕਿ ਉਦੋਂ ਵੀ ਕਈ ਧੜੇ ਬਣ ਗਏ ਸੀ ਅਤੇ ਆਸ ਵਿੱਚ ਲੜਦੇ ਸੀ ਅਤੇ ਇੱਕ ਸੱਜਣ ਮੈਨੂੰ ਕਿਤੇ ਬਾਹਰ ਮਿਲਿਆ ਉਹ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਲੜਾਈ ਦਾ ਕਾਰਨ ਇਹ ਸੀਗਾ ਕਿ ਉਹ ਕਹਿੰਦੇ ਕੰਮ ਅਸੀਂ ਕਰਦੇ ਸੀਗੇ ਇੱਕ ਧੜਾ ਇਹ ਕਹਿੰਦਾ ਕੰਮ ਉਹ ਕਰਦੇ ਸੀ ਅਤੇ ਕ੍ਰੈਡਿਟ ਸੰਤਾਂ ਨੂੰ ਮਿਲੀ ਜਾਂਦਾ ਸੀ ਇਹ ਲੜਾਈ ਦਾ ਕਾਰਨ ਸੀ ਅਸੀਂ ਉਦੋਂ ਵੀ ਇੰਨਾ ਵੱਡਾ ਪ੍ਰੈਸ਼ਰ ਸੀ ਇੰਨੀ ਵੱਡੀ ਜੰਗ ਸੀ ਇਹੋ ਜਿਹੀ ਲੀਡਰਸ਼ਿਪ ਸੀ ਇੱਕ ਹੋ ਕੇ ਨਹੀਂ ਲੜ ਸਕੇ ਅਸੀਂ ਨੁਕਸਾਨ ਕਰਵਾਇਆ ਪੰਜਾਬ ਦਾ ਜਾਨ ਮਾਲ ਰੈਪੂਟੇਸ਼ਨ ਹਰ ਲੈਵਲ 'ਤੇ ਅਸੀਂ ਨੁਕਸਾਨ ਕਰਵਾਇਆ ਅਜਿਹੇ ਸੂਰਮੇ ਯੋਧੇ ਜਿਨ੍ਹਾਂ ਦੀ ਧਾਰਮਿਕ ਅਧਿਆਤਮਿਕ ਬਹੁਤ ਵੱਡੀ ਕਮਾਈ ਸੀ ਇਹ ਪੁਲਿਸ ਅਫਿਸਰ ਦੱਸਦੇ ਆ ਮੈਨੂੰ ਕਿਉਂਕਿ ਅਸੀਂ ਕਲਾਕਾਰ ਹੈ ਅਸੀਂ ਟ੍ਰੇਨ ਟੂ ਪਾਕਿਸਤਾਨ ਬਣਾ ਰਹੇ ਸੀ ਉਹਦੇ 'ਚ ਮੈਂ ਇੱਕ ਭੂਮਿਕਾ ਕੀਤੀ ਹੈ ਪੁਲਿਸ ਅਫਿਸਰ ਦੀ ਉਦੋਂ ਸਿਕਿਉਰਿਟੀ ਵਾਸਤੇ ਬਹੁਤ ਸਾਰੇ ਪੁਲਿਸ ਅਫਿਸਰ ਆਉਂਦੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਮੈਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਨੂੰ ਇੰਟਰੋਗੇਟ ਕਰਦੇ ਸੀਗੇ ਅਤੇ ਉਹ ਸਤਨਾਮ ਵਾਹਿਗੁਰੂ ਕਰਦੇ ਰਹਿੰਦੇ ਸੀਗੇ ਅਤੇ ਅਸੀਂ ਕੰਮਦੇ ਸੀਗੇ ਕਿ ਇਹ ਅਸਲੀ ਹੈ ਠੀਕ ਹੈ ਬਹੁਤ ਸਾਰੇ ਪਖੰਡੀ ਵਿੱਚ ਵੜ ਗਏ ਸੀਗੇ ਮੌਕਾ ਪ੍ਰਸਤ ਵਿੱਚ ਵੜ ਗਏ ਸੀਗੇ ਇਹਦੇ 'ਚ ਕੋਈ ਦੋ ਰਾਏ ਨਹੀਂ ਉਹ ਬਹੁਤ ਜਲਦੀ ਟੁੱਟ ਜਾਂਦੇ ਸੀਗੇ ਪਰ ਅਜਿਹੇ ਹੀਰੇ ਅਸੀਂ ਗਵਾ ਲਏ ਇੱਕ ਲੰਬੀ ਲਿਸਟ ਹੈ ਉਹ ਕੌਮ ਦੇ ਹੀਰੇ ਸੀ ਕੌਮ ਦੇ ਯੋਧੇ ਸੀ ਉਹ ਕੌਮ ਦੇ ਕੰਮ ਆਉਂਦੇ ਮਰਨ ਵਾਲੇ ਵੀ ਸਾਡੇ ਅਸੀਂ ਖੱਟਿਆ ਕੀ ਉਦੋਂ ਇੰਟੈਲੀਜੈਂਸ ਦੇ ਬੰਦੇ ਉਹਨਾਂ ਦੇ ਵਿੱਚ ਸ਼ਾਮਿਲ ਸੀ ਬੜੀ ਇੰਪੋਰਟੈਂਟ ਪੋਜੀਸ਼ਨ ਦੇ ਵਿੱਚ ਸੀਗੇ ਬੜੇ ਅੱਛੇ ਹਾਇਰ ਕੈਡਰ 'ਤੇ ਸੀਗੇ ਅਤੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇੰਟੈਲੀਜੈਂਸ ਦੇ ਬੰਦੇ ਹੈ ਅਤੇ ਜੋ ਵੀ ਉਹ ਪਲੈਨਿੰਗ ਕਰਦੀ ਸਰਕਾਰ ਨੂੰ ਪਤਾ ਹੁੰਦੀ ਸੀ ਮਿਸਿਸ ਗਾਂਧੀ ਮੀਟਿੰਗ ਵਾਸਤੇ ਵੀ ਤਿਆਰ ਸੀ ਮੰਗਾਂ ਮੰਨਣ ਨੂੰ ਵੀ ਤਿਆਰ ਸੀ ਪਰ ਸਾਡੇ ਮੈਂ ਇੱਕ ਡਾਕੂਮੈਂਟਰੀ ਬਣਾਉਣਾ ਚਾਹੁੰਦਾ ਸੀਗਾ ਬਲੂ ਸਟਾਰ ਆਪਰੇਸ਼ਨ ਦਾ ਟਰੂ ਸਟੋਰੀ ਮੈਂ ਰਿਸਰਚ ਕੀਤੀ ਬਹੁਤ ਲੋਕਾਂ ਨੂੰ ਮਿਲਿਆ ਉਹਨੂੰ ਮੁਝ ਬੰਦ ਕਰਨਾ ਪਿਆ ਰੋਕਣਾ ਪਿਆ ਕਿਉਂਕਿ ਬਹੁਤ ਸਾਰੇ ਲੋਕ ਜੋ ਉਸ ਵੇਲੇ ਜੇਲ੍ਹਾਂ ਸੀਗੇ ਜਾਂ ਸੰਤਾਂ ਦੇ ਨਾਲ ਸੀ ਉਹਨਾਂ ਨੂੰ ਚੰਗੀਆਂ ਪੁਜੀਸ਼ਨਾਂ ਮਿਲੀਆਂ ਹੋਈਆਂ ਲਾਲ ਬੱਤੀ ਵਾਲੀਆਂ ਗੱਡੀਆਂ ਮਿਲੀਆਂ ਹੋਈਆਂ ਔਰ ਬਹੁਤ ਸਾਰੇ ਲੋਕ ਗੁੰਮਨਾਮੀ ਦਾ ਜੀਵਨ ਜਿਉ ਰਹੇ ਹੈ ਔਰ ਘੁੰਮ ਫਿਰ ਕੇ ਸਾਰੀ ਰਾਈਟਿੰਗ ਸਾਰੀਆਂ ਕਿਤਾਬਾਂ ਸਾਰੀ ਇਨਫੋਰਮੇਸ਼ਨ ਕੁਛ ਅਜਿਹੇ ਲੋਕਾਂ ਵੱਲ ਇਸ਼ਾਰਾ ਕਰ ਰਹੀ ਸੀ ਜਿਨ੍ਹਾਂ ਦੀਆਂ ਚਿੱਠੀਆਂ ਵੀ ਘੁੰਮ ਰਹੀਆਂ ਸੋਸ਼ਲ ਮੀਡੀਆ 'ਤੇ ਜੋ ਸਾਡੇ ਲੀਡਰ ਸੀ ਸਾਡੇ ਜ਼ਿੰਮੇਦਾਰ ਲੀਡਰ ਮੰਨੇ ਜਾਂਦੇ ਸੀ ਸਾਡੇ ਪੰਜਾਬ ਦੇ ਰਾਖੇ ਮੰਨੇ ਜਾਂਦੇ ਸੀ ਉਂਗਲ ਉਹਨਾਂ ਵੱਲ ਜਾ ਰਹੀ ਸੀ ਮੈਨੂੰ ਰੋਕਣਾ ਪਿਆ ਫੋਰ ਦਾ ਟਾਈਮ ਬੀਂਗ ਦੈਟ ਆਲ ਵੇਟ ਹਰ ਤੰਗੇ ਸੀ ਤੁਹਾਡੇ ਕੋਲ ਕੋਈ ਸ਼ਬਦ ਨਹੀਂ ਹੁੰਦਾ ਤੁਸੀਂ ਨਿਸ਼ਬਦ ਹੋ ਜਾਂਦੇ ਹੋ ਕਿ ਇਹਨਾਂ ਲੋਕਾਂ ਨੇ ਹਮਲਾ ਕਰਵਾਇਆ ਦਰਬਾਰ ਸਾਹਿਬ 'ਤੇ ਰੀਜ਼ਨ ਇਨਸਿਕਿਉਰਿਟੀ ਇਹ ਤੁਸੀਂ ਜਿਹੜੇ ਜੈਨੂਨ ਰਾਈਟਰ ਸੀਗੇ ਜਿਨ੍ਹਾਂ ਨੇ ਰਿਸਰਚ ਕਰਕੇ ਲਿਖਿਆ ਜਾਂ ਜਿਹੜੇ ਜਿਉਂਦੇ ਬੰਦੇ ਬੈਠੇ ਜਿਨ੍ਹਾਂ ਨੇ ਉਹ ਸੰਤਾਪ ਹੰਡਾਇਆ ਹੈ ਉਹਨਾਂ ਦੇ ਇੰਟਰਵਿਊ ਸੁਣੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਉਹ ਕਿਹੜੇ ਕਿਹੜੇ ਲੀਡਰ ਸੀ ਸਾਡੇ ਜਿਨ੍ਹਾਂ ਨੇ ਹਮਲਾ ਕਰਵਾਇਆ ਇਨਸਿਕਿਉਰਿਟੀ ਕਰਕੇ ਕਿ ਜੇ ਉਹਨਾਂ ਨਾਲ ਮੀਟਿੰਗ ਹੋ ਗਈ ਤਾਂ ਉਹ ਤਾਂ ਹੋਰ ਸਟੈਬਲਿਸ਼ ਹੋ ਜਾਣਗੇ ਅਤੇ ਫਿਰ ਸਾਡਾ ਵਜੂਦ ਕੀ ਰਹੂਗਾ ਲਿਹਾਜ਼ਾ ਇਹਨਾਂ ਨੂੰ ਖਤਮ ਕਰਵਾਇਆ ਜਾਵੇ ਬੇਸ਼ੱਕ ਅਕਾਲ ਤਖਤ ਸਾਹਿਬ ਟਹਿੰਦਾ ਹੈ ਬੇਸ਼ੱਕ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ ਉਹਦੇ ਲਈ ਸਾਡੇ ਬਹੁਤ ਸਾਰੇ ਲੀਡਰ ਜ਼ਿੰਮੇਦਾਰ ਸੀ ਇਹ ਤਮਾਮ ਸੋਸ਼ਲ ਮੀਡੀਆ ਵੇਖ ਲਓ ਤੁਸੀਂ ਕਿਤਾਬਾਂ ਪਈਆਂ ਹੈਗੀਆਂ ਉਹਨਾਂ ਦੇ ਵਿੱਚ ਰੈਫਰੈਂਸਿਸ ਤੁਹਾਨੂੰ ਮਿਲਣਗੇ ਉਹ ਜਿਹੜੇ ਸੰਤਾਪ ਹੰਡਾਈ ਫਿਰਦੇ ਜਿਉਂਦੇ ਬੰਦੇ ਤੁਸੀਂ ਉਹਨਾਂ ਨੂੰ ਮਿਲ ਲਓ ਉਹ ਤੁਹਾਨੂੰ ਦੱਸਣਗੇ ਨਾ ਇਹ ਸਾਰਾ ਕੁਛ ਹੋ ਚੁੱਕਿਆ ਪਿਛੋਕੜ ਦੇ ਵਿੱਚ ਸਾਡੇ ਹੁਣ ਅੰਮ੍ਰਿਤਪਾਲ ਜੀ ਦੇ ਜਜ਼ਬੇ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਬੜੀ ਨੌਲੇਜ ਉਹਨਾਂ ਨੂੰ ਬਹੁਤ ਅੱਛਾ ਬੋਲਦੇ ਹੈ ਬੜੇ ਜਵਾਬ ਦਿੰਦੇ ਹੈ ਕੁਛ ਲੋਕਾਂ ਨੇ ਉਹਨਾਂ ਨੂੰ ਮਸ਼ਵਰਾ ਦਿੱਤਾ ਇੱਕ ਵਕੀਲ ਸਾਹਿਬ ਨੇ ਉਹਨਾਂ ਨੂੰ ਮਸ਼ਵਰਾ ਦਿੱਤਾ ਕਿ ਤੁਸੀਂ ਇੰਟਰਵਿਊ ਤੋਂ ਗੁਰੇਜ਼ ਕਰੋ ਇੰਟਰਵਿਊ ਦੇਣੇ ਬੰਦ ਕਰੋ ਉਹਨਾਂ ਨਾਲ ਉਹਨਾਂ ਦੀ ਫੋਨ 'ਤੇ ਵੀ ਗੱਲ ਹੋਈ ਔਰ ਉਹਨਾਂ ਨੇ ਕਿਸੇ ਚੈਨਲ ਨੂੰ ਵੀ ਆਪਣੀ ਟੈਲੀਫੋਨਿਕ ਕਨਵਰਸੇਸ਼ਨ ਜਿਹੜੀ ਉਹਨਾਂ ਦੀ ਸੀ ਇਸ ਤਰ੍ਹਾਂ ਇੰਟਰਵਿਊ ਦਿੱਤਾ ਉਹ ਮੈਨੂੰ ਸੁਣਨ ਦਾ ਮੌਕਾ ਮਿਲਿਆ ਜੋ ਉਹਨਾਂ ਨੇ ਕਿਹਾ ਉਹ ਬਿਲਕੁਲ ਸਹੀ ਹੈ ਮੈਂ ਕੁਛ ਗੱਲਾਂ ਦੇ ਵਿੱਚ ਉਹਨਾਂ ਨਾਲ ਸਹਿਮਤ ਨਹੀਂ ਹਾਂ ਇਹ ਮੇਰੇ ਕੋਲ ਆਜ਼ਾਦੀ ਹੈ ਵਿਚਾਰਕ ਆਜ਼ਾਦੀ ਮੈਂ ਕਿਸ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ
पर एक जिम्मेदार सिख, एक जिम्मेदार पंजाबी होने के नाते इस मिट्टी ना मेरा रिश्ता है। तो जिनी तुच्छ सेवा मैं सिख इतिहास की सिख धर्म की कर सकिया, फिल्म बना के उन्होंने पिंड पिंड जाके दुनिया भर के गुरद्वारा साहबान जाके दिखा सकिया, मैं दिखाई तो उस दर्द नूं मैं अपने नाल लई फिरदा, तो अजे भी कोशिश जारी है। इस करके मैं ये चर्चा शुरू की थी कि जरूरत सिरां दी नहीं है, सिरां नूं इस्तेमाल करन दी है, दिमाग नूं इस्तेमाल करन दी है। साडे कोले विजन होना चाहिदा है, साडे कोले प्लैन होना चाहिदा है, साडे कोले आइडियोलॉजी होनी चाहिदी है, साडे कोले कोई आधार होना चाहिदा है, ग्राउंड लैवल ते साडी कोई तैयारी होनी चाहिदी है, डेमोक्रेटिकली जो अधिकार सानू संविधान दिंदा है। जे असी इस तरह दीआं गल्लां करांगे, मेरा किसी ना कोई जाति मतभेद नहीं है, ना ही मैं किसी पार्टी नाल ताल्लुक रखता है, हाँ मैं इस मिट्टी नाल ताल्लुक रखता है, मैं गुरु साहिबान नाल ताल्लुक रखता है, मैं उन्हां मावां नाल जिन्हां दे पुत खत्म कर दिते गए, बेगुनाह पुत घरां चों चक चक के मार दिते गए, तमगे वास्ते, फीतियां वास्ते, स्टारां वास्ते, तरक्कियां वास्ते, मैं उन्हां नाल ताल्लुक रखता है, मैं उन्हां लोकां नाल ताल्लुक रखता है जिन्होंने ह्यूमन राइट के तौर पर खालड़ा साहब वर्गे लोग उन्होंने की हशर होया, मैं उन्होंने ताल्लुक रखता है। ये जरूरी है कि आप बोलीए डेमोक्रेटिकली। जे असी ये गल करांगे अज, साडी तैयारी कोई नहीं, सिद्धांतक तौर पर साडी कोई तैयारी नहीं, किन्ने लोग होणगे जिहड़ा यूथ दीप होरां नाल जुड़िया, उन्होंने अचानक जिहड़ी ट्रैजडी सी उस करके लोग दूरों दूरों उमड़े आए उत्थे। हुण अमृतपाल होरां ने वारिस पंजाब दे संस्था नूं रिवाइव किया अचानक, ये सोचण वाली गल है कि एक आदमी अचानक चारे पासे किवें छा गया। उन्हां ते सवाल उठाए जा रहे हैं कि अमृत भी अचानक छक रहे हैं, कुछ होर नौजवानों नूं नाल लिया के दुबई तों एकदम उन्हां दा मन बदलिया, तो उन्होंने कहा मैं साबित सूरत होना है तो मैं अमृत छकना है। ਉਹ ਦੀਪ ਹੋਰਾਂ ਨੂੰ ਮਿਲੇ ਵੀ ਨਹੀਂ ਕਦੇ, ਪਰ ਫਿਰ ਵੀ ਉਹਨਾਂ ਦੀ ਸੰਸਥਾ ਦੇ ਮੁਖੀ ਬਣ ਗਏ ਆ ਕੇ। ਉਹਨਾਂ ਨੂੰ ਕਿਹਨੇ ਬੁਲਾਇਆ, ਇਹ ਸਵਾਲ ਲੋਕ ਕਰ ਰਹੇ ਹੈ, ਕਿਹਨੇ ਉਹਨਾਂ ਨੂੰ ਮੁਖੀ ਬਣਾਤਾ, ਕਿਹਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਗੇ ਲੱਗੋ, ਤੁਹਾਡੀ ਲੋੜ ਹੈ ਤੁਸੀਂ ਆਓ। ਇਹ ਸਵਾਲ ਲੋਕ ਉਠਾ ਰਹੇ ਹੈ, ਹੋਰ ਵੀ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਹੈ। ਕੁਛ ਲੋਕ ਕਹਿੰਦੇ ਉਹ ਏਜੰਸੀਆਂ ਦੇ ਬੰਦੇ ਹੈ, ਉਹਨਾਂ ਨੂੰ ਪਲਾਂਟ ਕੀਤਾ ਗਿਆ, ਇਹੀ ਦੋਸ਼ ਦੀਪ ਸਿੱਧੂ 'ਤੇ ਵੀ ਲੱਗਦਾ ਸੀਗਾ, ਇਹੀ ਦੋਸ਼ ਸਾਡੇ ਇੱਕ ਲੀਡਰ ਹੈ, ਵੱਡੇ ਲੀਡਰ, ਬਜ਼ੁਰਗ ਲੀਡਰ ਹੈ, ਉਹਨਾਂ 'ਤੇ ਵੀ ਲੱਗਦਾ ਹੈ, ਅਕਸਰ ਲੋਕ ਇਹਦਾ ਜ਼ਿਕਰ ਕਰਦੇ ਹੈ। ਮੈਂ ਇੱਕ ਪ੍ਰਾਈਮ ਮਿਨਿਸਟਰ ਦਾ ਜ਼ਿਕਰ ਕੀਤਾ ਸੀਗਾ, ਮੇਰੇ ਕੁਝ ਕਨੈਕਸ਼ਨ ਸੀ ਜਿਹਨਾਂ ਤੋਂ ਮੈਨੂੰ ਪਤਾ ਲੱਗਿਆ, ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਦੋਂ ਪ੍ਰਾਈਮ ਮਿਨਿਸਟਰ ਬਣੇ ਹੀ ਵਾਜ਼ ਅ ਜੈਂਟਲਮੈਨ, ਅਤੇ ਕਾਸ਼ ਮੈਂ ਪ੍ਰਾਈਮ ਮਿਨਿਸਟਰ ਨਾ ਬਣਦਾ, ਮੇਰਾ ਇੱਕ ਭੁਲੇਖਾ ਬਰਕਰਾਰ ਰਹਿੰਦਾ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੈਂ ਇਹਨਾਂ ਨੂੰ ਬਹਾਦਰਾਂ ਦੀ, ਦਲੇਰਾਂ ਦੀ, ਦਾਨੀਆਂ ਦੀ ਕੌਮ ਮੰਨਦਾ ਸੀ, ਇਹ ਤਾਂ ਗੱਦਾਰਾਂ ਦੀ ਕੌਮ ਬਣਦੀ ਜਾ ਰਹੀ ਹੈ। ਬਿਕੋਜ਼ ਹੀ ਹੈ ਦ ਇਨਫੋਰਮੇਸ਼ਨ ਕਿ ਕਿਹੜੇ ਕਿਹੜੇ ਲੋਕ ਹੈ ਪੰਜਾਬ ਦੇ ਵਿੱਚ ਬੈਠੇ ਜਿਹੜੇ ਇਨਫੋਰਮਰਸ ਹੈ, ਜਿਹੜੇ ਗੱਦਾਰ ਹੈ, ਜਿਹੜੇ ਸਰਕਾਰ ਤੋਂ ਪੈਸੇ ਲੈ ਕੇ ਸਾਰੀ ਇਨਫੋਰਮੇਸ਼ਨ ਦਿੰਦੇ ਆ। ਸੋ ਯੂ ਕਾਂਟ ਟਰੱਸਟ ਐਨੀਬਡੀ। ਇਸ ਕਰਕੇ ਵੀ ਕੁਛ ਲੋਕ ਸਵਾਲ ਉਠਾਉਂਦੇ ਹੋ ਸਕਦੇ ਹੈ, ਉਹ ਆਪਦੀ ਥਾਂ 'ਤੇ ਜਾਇਜ਼ ਹੈ। ਪਰ ਇੱਥੇ ਮਸਲਾ ਇਹ ਹੈਗਾ ਕਿ ਜੇ ਕੋਈ ਸੱਜਣ ਆ ਕੇ, ਜੇ ਤੁਸੀਂ ਅਮਰ ਛਕਾਉਂਦੇ ਹੋ ਬਹੁਤ ਅੱਛੀ ਗੱਲ ਹੈ, ਛਕਾਓ। ਜੇ ਤੁਸੀਂ ਪ੍ਰਚਾਰ ਕਰਦੇ ਹੋ ਬਹੁਤ ਅੱਛੀ ਗੱਲ ਹੈ, ਪ੍ਰਚਾਰ ਕਰੋ। ਜੇ ਤੁਸੀਂ ਜਿਹੜੇ ਸਾਡੇ ਬੰਦੀ ਸਿੰਘ ਹੈ ਉਹਨਾਂ ਦੀ ਰਿਹਾਈ ਵਾਸਤੇ ਕੁਝ ਯਤਨ ਕਰਦੇ ਹੋ, ਚੰਗੀ ਗੱਲ ਹੈ, ਕਰੋ। ਪਰ ਜਦੋਂ ਤੁਸੀਂ ਖੁਦ ਮੁਖਤਾਰੀ ਦੀ ਗੱਲ ਕਰੋਗੇ, ਜਦੋਂ ਤੁਸੀਂ ਖਾਲਿਸਤਾਨ ਦੀ ਗੱਲ ਕਰੋਗੇ, ਜਦੋਂ ਤੁਸੀਂ ਖਾਲਿਸਤਾਨ ਦੇ ਨਾਰੇ ਲਾਓਗੇ, ਤੁਸੀਂ ਸਰਕਾਰ ਨੂੰ ਇੱਕ ਲਾਇਸੈਂਸ ਦੇ ਰਹੇ ਹੋ, ਓਪਨ ਲਾਇਸੈਂਸ, ਆਤੰਕਵਾਦ ਦੇ ਨਾਂ 'ਤੇ, ਖਾਲਿਸਤਾਨ ਦੇ ਨਾਂ 'ਤੇ। ਇੱਥੇ ਕਿੰਨੀ ਤਬਾਹੀ ਹੋਈ ਹੈ ਇਹ ਆਪਾਂ ਸਾਰੇ ਜਾਣਦੇ ਹਾਂ। ਜਿੰਨੀ ਵੱਡੀ ਉਹ ਲਹਿਰ ਸੀ, ਉਦੋਂ ਵੱਡੀ ਲਹਿਰ ਮੈਨੂੰ ਨਹੀਂ ਲੱਗਦਾ ਕੋਈ ਖੜੀ ਕਰ ਸਕਦਾ ਹੈਗਾ, ਕਿਉਂਕਿ ਜਿਹੜਾ ਹੁਣ ਸਮਾਂ ਹੈ, ਹੁਣ ਲੋਕ ਉਹੋ ਜਿਹੇ ਨਹੀਂ ਰਹੇ। ਇੱਕ ਤਾਂ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ, ਇੱਕ ਲੋਕ ਅੰਦਰੋਂ ਡਰੇ ਹੋਏ ਹੈ, ਇੱਕ ਲੋਕ ਸੈਲਫ ਸੈਂਟਰਡ ਹੋ ਗਏ ਹੈ, ਇੱਕ ਲੋਕ ਬਹੁਤ ਸਾਰੇ ਪ੍ਰੈਸ਼ਰ ਦੇ ਵਿੱਚ ਹੈ, ਇੱਕ ਲੋਕ ਬਹੁਤ ਜ਼ਿਆਦਾ ਵੰਡੇ ਗਏ ਹੈ।
एक लोग खिंड गए है। मैं अक्सर यह कहता रहा है कि साड़ी त्रासदी है कि असी थोड़े हैं, असी खिंडे हुए हैं तो असी वंडे हुए हैं, ये साड़ी त्रासदी है। सो जे अमृतपाल हो रही ये मुहिम लैके चल रहे है तो वो जरा 2.5-3 करोड़ आबादी है साढ़े पंजाब की, किन्ने लोग उन्होंने नाल आउणगे? 1-2 लख? ये 1-2 लख बंदा 5 लख कह लो, ये एक निजाम के नाल किवें लड़ूगा? कृपाना नाल, बंदूकों नाल? सरकार दे वास्ते तां ये बहुत वधिया सज्जन साबित होणगे, क्योंकि इन्हां ने खालिस्तान की गल करनी शुरू करती जिवें वो मिस्टर पन्नू करते रहिंदे, वो रेफरेंडम करा रहे आपदे लैवल ते ही। पहले कहिंदे सी पंजाब च कराऊंगा, बूथ लगणगे, फिर उन्होंने कुछ वट्सअप नंबर जारी किया, उत्ते बहुत सारे नौजवान मारे गए, फस गए, उन्हों का की गया? वो तो बाहर बैठे है हूँ, उत्ते बाहर कनेडा दे विच करवा रहे हो, उहदे वास्ते भी सरकार उन्हां ते कुछ उन्होंने केस बनाए हुए है तो वो उत्ते बैठ के ये सब चला रहे है। जो तुम ये वट्सअप नंबर दिने हो और जिहड़ा यूथ उन्हें जुड़ता एक्साइट होके ओवर एक्साइट होके सरकार को पता लग जाता है, उन्होंने फड़ लेंगे, तो उन्होंने छुड़ाने वाला कौन है? वो जो जेलों में बैठे उन्होंने छुड़ाने वाला कौन है? इस करके जो तुम जज्बाती होके इस तरह की गल करते हो तो बहुत सारे देखो सारिया दुख है, सारा के हिरदे वलूंदरे हुए है, सारे जख्मी है, किसी के कोल शब्द नहीं है बयान करन उस दर्द नू जो पंजाब ने हंडाया है, जिन्हें नौजवान जिन्हिया भैन बेवा हुई हैं, जिन्हिया मावं दियां कुखां सुन्नियां हो गई हैं, जिन्हें बाप जिन्हां दा बुढ़ापा रुल गया, जिन्हें बच्चे यतीम होए हैं। उस तो बाद जे किसी ने खालिस्तान मतलब कि जिथे खालिस लोग होण, मैं एक वीडियो दे पहला भी जिक्र किया, मैं माफ़ी चाहना है, मैं किसी की निगाह दे विच गलत हो सकता है, पर हुण लड़ाई दिमाग की है, कृपाना ते हथियारां दी नहीं है। ठीक है कृपाना ते हथियार, जुरत बहादुरी साहस इंपॉर्टेंट है, दलेर लोग चाहिए है कौम नूं, प्रविजन भी चाहिए है, दूरदर्शिता भी चाहिए है, राजनीति भी चाहिए है। अदरवाइज जे असी आपदी बहादुरी विखाउण दे चक्कर दे विच फिर नुकसान करा लैने हैं तो फिर असी हासिल की किया? सानू सियाणे कौन आखूगा? मेरी तुच्छ बुद्धि के मुताबिक अजिहे नारे देण की बजाए, ऐसे होके देण की बजाए, ऐसी लहर चलाउण की बजाए लोड़ है कि असी अपनियां नवीं जनरेशनस नूं, अपने पंजाब के लोगों नूं पिंड पिंड जाके, गुरुद्वारा साहिब है कि हर थां ते हर पिंड दे विच जागरूक करिए, अपने पिछोकड़ बारे, अपनिया कुरबानिया बारे, अपनिया शहादतों बारे, अपने मरजीवड़िया बारे, अपने शहीदों बारे, अपने इतिहास बारे, अपने धर्म बारे, अपने गुरुआ बारे, अपनिया जिन्निया भी शहादत दित्तियां कुरबानियां दित्तियां हैं ते अपने नाल होण वालियां नाइंसाफिया बारे, ज्यादतियां बारे अवेयर कराने की लोड़ है, उन्होंने जागरूक कर दी लोड़ है, उन्होंने जगाने की लोड़ है, ये बुनियादी काम है। हुण गल आउंदी है खालिस्तान दी, मैं अक्सर यह कहता रहना है, अगेन आई कैन बी रोंग इन समबडीज आईज, एक डेमोक्रेसी है, चलो ये कहते हैं किन्नी की डेमोक्रेसी आपां सारयां नूं पता है, किस तरह की डेमोक्रेसी आपां पता है, पर संविधान कुछ अधिकार दिंदा है, अजे पूरी तरह खत्म नहीं होया। जे उस संविधान दे विच रहिंदे होए, वेखो कोई अकाली है, कोई कांग्रेसी है, किसने आप ज्वाइन कर ली, कोई कॉमरेड है, तो कोई यूनाइटेड अकाली दल है, कोई कुछ है, इस तरह लोग वंडे हुए है, कोई किसी दलित संस्था ना जुड़िया होया है, अड्डो अड्डी लोगों ने आपदी आपदी पार्टियां बनाई हुई हैं। नाउ जे तुसी पिंड पिंड जाके लोगों जागरूक करोगे, प्रचारोंगे धर्म के बारे, उन्होंने जागरूक करोगे इतिहास के बारे, तो उन्होंने ज्यादतियों बारे, उन्होंने नाइंसाफिया बारे उन्होंने अवेयर करोगे, मानसिक तौर पर उन्होंने तैयार करोगे
कि साडे नाल इन्ना तक्का होया है ते ओ तक्का जारी है। हुण तां साडे इतिहास दे विच वी मिलावट शुरू हो गई, साडे धर्म दे विच वी मिलावट शुरू हो गई, साडियां धार्मिक संस्थावां ते वी कब्जे शुरू हो गए, साडे गुरद्वारां ते वी कब्जे शुरू हो गए, साडे विच डुप्लीकेट सिख वी जिहड़ा हैगा उन्होंने मिलावट करनी शुरू करती विच, उह गुरद्वारां च आ के बह गए ते उह गुरु ग्रंथ साहिब नूं कहिंदे आ कि इह तां इक धार्मिक पुस्तक है, जीवन जा सिखाउंदी है, इहदे विच कोई चमत्कार वाली गल या कोई करामात वाली गल या कोई रूहानीयत वाली इहो जी गल नहीं है जिहड़े तुहानूं रब नूं मिला देवे, तुहाडे रोग दूर कर देवे, इह जी कोई गल नहीं। इह तां सिर्फ जीवन जा सिखाउंदी है। गुरद्वारां विच कुछ अजिहे लोक इह सुणिया गया, लोकां ने इल्ज़ाम लाए है, अजिहे लोग गल्लां करदे हुए देखे गए, लोगों मिसलीड करते हुए, उन्होंने विश्वास को तोड़ते हुए, इस लैवल पर काम चल रहा है। होर भी बहुत कुछ जे मैं उदे बारे दसन लगूंगा तो ये वीडियो बहुत लंबा हो जाना है। अलार्मिंग है जे कन्वर्जन हो रहे है, लोग क्रिश्चन बन रहे, पहला तो जिहड़े बेचारे गरीब तबका से वह बन रहे थे, या जिन्होंने असी गुरद्वारे दे विच इज्जत नहीं देंदे सी वो जा रहे सी, हुण तां पढ़े लिखे लोग भी जा रहे हैं क्योंकि उनका प्रचार इन्ना है। वो तो आपदे स्कूलों दे विच भी जिहड़े कॉन्वेंट स्कूलों अपने बच्चों को पढ़ाने हैं उत्थे भी उन्होंने ब्रेन वॉश करते रहिंदे हैगे है कि जीसस इज द ओनली गॉड, ही इज द मैसेंजर ऑफ गॉड, इज सन ऑफ गॉड, ही इज द रियल वन, बाकी तो सारे शैतान है, होर किसे नूं नहीं मनना। ये तमाम चीज़ा सोशल मीडिया ते घूम रही है, वो किस तरह प्रचार करते, वह किवें लालच देंदे है, वह किवें मिसलीड करते, ये सारा कुछ सोशल मीडिया ते पिया देखा जा सकता है। मैं कोई नवी गल आपदे वल्लों नहीं कर रहा है। सो वो तो इस तरह जुटे हुए थे, असी की कर रहे हैं, असी लड़ रहे हैं एक दूजे नाल, एक दूजे लत्तां खिंच रहे हैं। तुसीं दिल्ली गुरद्वारा प्रबंधक कमेटी वेख लो, उत्थे भी धड़ेबाजी है, इत्थे वेख लो एस जी पी एस नूं धड़ेबाजी है, तुसीं पंजाब दे विच वेख लो किन्ने धड़े है, उदों मूवमेंट चली उदों धड़े है, साडे गुरद्वारां दे विच धड़े है, असीं उत्थे भी आपस विच लड़ी जांदे हां, उत्थे भी तुहानूं दो तीन धड़े मिलणगे। साडा इक निक्का जिहा गुरद्वारा है निघासण, उत्थे भी धड़े है, बड़ी मुश्किल नाल जाके असीं उत्थे कमेटी बनाई, मेरे कोल आए क्योंकि पिता जी ते गुरु साहिब ने कृपा करके उस जगह की सेवा लई सी जिथे गुरु घर का निर्माण होया, ता मेरे को आए बड़ी मुश्किल नाल। लोकल जी लीडरशिप है उन्हों की दखल अंदाजी सी, इन्नी सियासत वड़ गई है विच, अजे हालात दे विच असी बिना ग्राउंड वर्क तो ये जो अनाउंसमेंट कर रहे हो, जो खालिस्तान की अनाउंसमेंट है, ये जी अनाउंसमेंट है सिरां दी, सिर चाहिए है, मैं आपका दे दिता, आओ जिहड़ा देने वाला अगे आवे, सिर चाहिए है, ये तो सब तो बाद दी गल सी। मैं अक्सर कहता रहा है आई कैन बी रोंग, मैं माफ़ी चाहना है, ये मेरा दर्द बुलवा रहा मैं, ये मेरा कंसर्न बुलवा रहा मैं कि असी तैयारी नहीं करते, असी जिकारे पहला छड़ दें हैं तो उन्होंने पता लग जाता तो सानू कुट लेंदे है। यहूदियों के एक बारी कुट पई वो कट्ठे हो गए, वो सारी दुनिया नू कंट्रोल करते हैं, साडे इन्नी वारी कुट पई सानू अजे तक अकल नहीं आई। जे तुसी चाहुंदे हो कुछ करना पहला एक तो हो लो, पहला एक गुरद्वारा साहब दे विच तां एक हो जो, लड़ लड़ के गुरद्वारे बनाई जाने हैं, अमेरिका जावड़ो, इंग्लैंड जावड़ो, कनेडा जावड़ो, जर्मनी जावड़ो, यूरोप दे विच घुमाओ तुसी, ऑस्ट्रेलिया जावड़ो, इत्थे इंडिया च वेख लो तुसी, पंजाब दे विच वेख लो, आही हाल है। साडे निघासण दे विच यूपी दे विच लड़ लड़ के उहदे आले दुआले तीन गुरद्वारे होर बन गए, गौंडर चौधरा चौधरी हैं असी, चौधर के चक्कर दे विच असी वंडियां ही वंडियां पाई जाने हैगे हैं, तो असी किवें जीआं गल्लां कर सकते हैं, हाउ कैन वी अफोर्ड टू टॉक लाइक दैट। मंगल ढिलोन चैनल एक ऐसा चैनल जो आपका जीवन बदल सकता है जैसे अब तक बहुतों का जीवन बदल चुका है। मंगल ढिलोन चैनल।